टोबरा जहां गई है दो नंबर राउंड पर हरजीत के लिए पहुंचे भाई बीजू टोबरा जी और मन्नू टोबरा मेरे पास आए भाई जहां भी हो मन्नू टोबरा जी दो नंबर राउंड पे आएगी गर्मी लगी हुई ले आ जी गेम कैमरे के सामने जो टीम है जी वो सचिन राणा साणा पर की है और की है जी जिसमें पप्पल राणा खेल रहा है जी नेट के परली तरफ सचिन राणा साणा पर की टीम है जी उनका मैच है ना मोदी साहब यहां बंदा जी है फिर पहुंचो भाई बोलिए लास्ट मैच है क्वार्टर का हेलो हेलो विक्की कनाल जी हाँ जी विक्की के नाम से और पीपली माजरा ये टीम है तीन नंबर ग्राउंड में और रेफरी आ जाओ भाई दो नंबर ग्राउंड में कोई भी मैच खत्म हो गया दीनू दीनू भाई एक बार पीछे देख रहे दीनू इधर दूसरी साइड भाई 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 एक मैच हेलो भाई यार नंबर सर से करे एक नंबर ग्राउंड में मेरा प्राण पवन मास्टर जी ने तो दे वो करवा देंगे मैच मैच करवा दो जी एक नींद आ मास्टर जी ने तो मास्टर जी देख हमारे कभी गुस्सा हो गया भाई जी नंबर सर से करा मेरा भी बन के एक नंबर ग्राउंड दे 14 दे 10 दी टक्कर आ ਨਾ ਸਾਹਮਣੇ 14 ਦੇ 10 ਦੀ ਟੱਕਰ ਨੰਬਰ 15 ਜੋੜਦੀ ਆਊਟ ਹੁੰਦੇ ਕਿਤੇ ਝਾਕ ਦੇ ਵਿੱਚ ਮੇਰੇ ਮਿੱਤਰੋ ਹੈਵੀ ਦੇ ਬੈਰੀ ਤੇ ਮਾਰੇ ਭਰਦਾ ਨੌਜਵਾਨਾ ਇਹਦਾ ਨੰਬਰ ਨਹੀਂ ਜੁੜਦਾ ਵੀ ਦੁਸ਼ਮਣ ਦੇ ਨਾਲ ਪੰਗਾ ਲਈਏ ਤੇ ਮੁੜ ਕੇ ਨਾ ਢਿੱਲੇ ਪਈਏ ਨੱਕ ਵਿੱਚ ਦਮ ਕਰਕੇ ਰਹੀਏ ਐਵੇਂ ਕੋਈ ਲਾਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਆਹ ਮੁੜ ਕੇ ਹੱਥ ਆਉਂਦਾ ਨਹੀਂ ਇੱਕ ਵਾਰੀ ਲੰਘਿਆ ਵੇਲਾ ਮੁੜ ਕੇ ਹੱਥ ਆਉਂਦਾ ਨਹੀਂ ਲਓ ਸਾਹਮਣੇ ਮੇਰੇ ਮਿੱਤਰੋ ਨੰਬਰ ਹੈ 14 ਤੋਂ ਹੁਣ ਪੰਦਰਵਾਂ ਜੋੜਦਾ ਕਿਹੜਾ ਖਿਡਾਰੀ ਮੇਰੇ ਮਿੱਤਰੋ ਬੱਲੇ ਬੱਲੇ ਕਮਾਉਂਦਾ ਬਾਤਾਂ ਕਹਿੰਦੇ ਸਮੇਂ ਦੀਆਂ ਨਾ ਜਨ ਬਹੁਤ ਵਧੀਆ ਭਾਈ ਸਚਿਨ ਅੰਦਰ ਹੈ ਕਰੋ ਹੈ ਅਮਿਤ ਭਾਈ ਖੇਲੇ ਭਾਈ ਪੂਰੇ ਟੂਰਨਾਮੈਂਟ ਮਾਨ ਲੈ ਭਾਈ ਦੀਏ ਮੇਰੇ ਦੇ ਮੇਰੇ ਤੇ ਦੇ ਮੈਂ ਵੀ ਵਿੱਕੀ ਕਨਾਲ ਜੀ ਦਾ ਪੀਪਲੀ ਮਾਜਰਾ ਕੀ ਲਈ 3 ਨੰਬਰ ਰਾਉਂਡ ਦਾ ਪਹੁੰਚੇ ਓਕੇ ਜੀ ਓਕੇ ਕੋਈ ਬਾਤ ਨਹੀਂ ਅਭਿਸ਼ੇਕ ਮਿਟਮੈਨ ਪਹੁੰਚ ਜੀ 3 ਨੰਬਰ ਰਾਉਂਡ ਤੇ ਅਭਿਸ਼ੇਕ ਮਿਟਮੈਨ ਪੀਪਲੀ ਮਾਜਰਾ ਕੀ ਟੀਮ ਨੇ ਖੇਡਿਆ ਜਦੋਂ ਲਗਾ ਭਾਈ ਜੀ ਇਹ ਨੰਬਰ ਲਾਸਟ ਆ ਗਿਆ ਮੇਰਾ ਭਾਈ ਅਗਰ 1 ਨੰਬਰ ਰਾਉਂਡ ਤੇ ਲਾਸਟ ਨੰਬਰ ਹੈ ਤਾਂ ਰੋਕੀ ਜੈਰਾਮਪੁਰ ਔਰ ਸੁਰੈਲ ਦੀ ਟੀਮ ਚੱਲ ਰਹੀ ਜੀ 1 ਨੰਬਰ ਰਾਉਂਡ ਤੇ ਰੋਕੀ ਜੈਰਾਮਪੁਰ ਔਰ ਸੁਰੈਲ ਦੀ ਟੀਮ ਜੀ ਆਓ ਵੀ ਇਧਰ ਨੰਬਰ ਲਾਸਟ ਆ ਗਿਆ ਮੇਰਾ ਬਾਈ ਮੇਰੀ ਬੇਨਤੀ ਪਰ ਲਾਸਟ ਆ ਗਿਆ ਨੌਜਵਾਨੋ ਔਰ ਆਪਾਂ ਜਲਦੀ ਕਰੀਏ ਮੇਰੀ ਬੇਨਤੀ ਹੈ ਮੇਰੀ ਟੀਮਾਂ ਨੂੰ ਲਓ ਇਧਰ ਦੇਖ ਲਓ ਤਰਾ ਨੰਬਰ ਲਾਸਟ ਆ ਗਿਆ ਆਓ ਬੱਲੇ ਬੱਲੇ ਪੀ ਸ਼ਾਸਤਰੀ ਦਾ ਮੈਚ ਰਹਿਤਾ ਜੀ ਇਧਰ ਪ੍ਰਦੀਪ ਹੋਣੀ ਬਹੁਤ ਸੋਹਣਾ ਪ੍ਰਦਰਸ਼ਨ ਕਰਦੇ ਤੇ ਮੈਚ ਜਾਂਦਾ ਹੋਇਆ ਸਮਾਪਤ ਔਰ ਪਿੰਡ ਵਾਲੇ ਮੁੰਡੇ ਜਿੱਤ ਗਏ ਕਤਾਣੀ ਮਾਰੋ ਯਾਰ ਮੁੰਡਿਆਂ ਦੇ ਲਈ ਬਹੁਤ ਤਕੜਾ ਪ੍ਰਦਰਸ਼ਨ ਕੀਤਾ ਮੁੰਡਿਆਂ ਨੇ ਰੋਕੀ ਜੈਰਾਮਪੁਰ ਔਰ ਸੁਰੈਲ ਦੀ ਟੀਮ 1 ਨੰਬਰ ਰਾਉਂਡ ਵਿੱਚ ਪਹੁੰਚ ਗਈ ਰੋਕੀ ਜੈਰਾਮਪੁਰ ਔਰ ਸੁਰੈਲ ਦੀ ਟੀਮ ਜੀ 1 ਮਿੰਟ ਦੇ ਅੰਦਰ ਅੰਦਰ ਪਹੁੰਚੇਗੀ ਪਰ ਜੋ ਟੀਮ ਨਹੀਂ ਪਹੁੰਚੇਗੀ ਉਸ ਨੂੰ ਸਟ੍ਰੈਕ ਕਰ ਦਿਆ ਜਾਏਗਾ ਜੀ ਪੂਰੇ 2 ਮਿੰਟ ਹੈ ਭਾਈ ਔਰ 3 ਨੰਬਰ ਰਾਉਂਡ ਵਿੱਚ ਪੀਪੀ ਮਾਜਰਾ ਔਰ ਵਿੱਕੀ ਕਨਾਲ ਦੀ ਟੀਮ ਪਹੁੰਚੇਗੀ ਬੋਲ ਲੈ ਦੇ ਬੋਲ ਮੇਰੇ ਪਾ ਕਹਾਂ ਬੋਲ 2 ਮਿੰਟ ਹੋ ਫਿਰ ਅਬੇ ਤਾਂ ਭਾਈ ਵਰਿੰਦਰ ਜੀ ਕਰ ਦੇ ਜੀ ਟੋਬਰਾ ਜੀ
ਰੋਕੀ ਜੈਰਾਮਪੁਰ ਦੀ ਮਾਲੀਆ ਜੀ, ਕਮਲ ਵਿਪਿਨ ਸੰਦੀਪ ਭਾਈ ਰੋਕੀ ਤੇ ਟਰਾਫੀ ਦੇ ਹਰਨੇ ਵਾਲੇ ਦੇ ਯਾਰ ਮੈਂ ਤਾਂ ਕਹਿ ਰਿਹਾ ਭਾਈ ਤਿੰਨ ਚਾਰ ਆਦਮੀ ਹਮਾਰੀ ਸਾਈਡ ਪੇ ਹੋਈ ਵੀ ਗੋਲੂ ਸ਼ਰਮਾ 251 ਡਾਲਰ ਦੇਵੇਗਾ ਜੀ ਅਗਰ ਪੱਪਲ ਨਡਾਣਾ ਆਜ ਵਿਨਰ ਰਹਿਤਾ ਹੈ ਤੋ ਆਜੀ ਵਿੱਕੀ ਕਰਾਲ ਜੀ ਔਰ ਪੂਰੀ ਦੀ ਮਾਜੇ ਦੀ ਟੀਮ ਪਹੁੰਚ ਗਈ ਜੀ ਸੋਰ ਰਣਾ ਜੀ ਕੱਢੋ ਬਟ ਕੱਢੋ ਕਰਾਓ ਜੀ ਮੈਂ ਸੁਣ ਰੋ ਭਾਈ ਸਾਹਿਬ ਹਰਿਸ਼ ਬਸੀ ਆਪਣਾ ਸਨਮਾਨ ਲਵੇ ਮੇਰੀ ਬੇਨਤੀ ਹੈ ਹਰਿਸ਼ ਬਸੀ ਭਰਾ ਸਾਡਾ ਹਰਿਸ਼ ਬਸੀ ਜੀ ਉਹ ਆਪਣਾ ਸਨਮਾਨ ਜਿਹੜਾ ਜਰੂਰ ਪ੍ਰਾਪਤ ਕਰਨ ਮੇਰੀ ਬੇਨਤੀ ਹੈ ਹਰਿਸ਼ ਬਸੀ ਮੇਰਾ ਭਰਾ ਹੈ ਔਰ ਜਿਹੜਾ ਜ਼ਰੂਰ ਆਪਣਾ ਮਾਣ ਸਨਮਾਨ ਪ੍ਰਾਪਤ ਕਰੇ ਬਹੁਤ ਤਕੜਾ ਖੇਡੇ ਮੁੰਡੇ ਜੇ ਤਹਾਰਾ ਬਣੀਆਂ ਇਹ ਜ਼ਿੰਦਗੀ ਦਾ ਇੱਕ ਹਿੱਸਾ ਦੋਸਤੋ ਔਰ ਮੈਂ ਵੀ ਕਹਿੰਦੇ ਪੱਲੇ ਪਈ ਬੇਰੁਜ਼ਗਾਰੀ ਤੇ ਦੁਨੀਆ ਵਿਹਲੀ ਜੀਵੇ ਵਿਚਾਰੀ ਬਈ ਲੱਗੀ ਇੰਸਟਾਗ੍ਰਾਮ ਤੇ ਯਾਰੀ ਤੇ ਜੱਟ ਤੇ ਕਰਜ਼ਾ ਚਾੜ ਗਈ ਬਈ ਨਕਲੀ ਵਿਆਹ ਕਰਵਾ ਕੇ ਉਹ ਹੀਰ ਉਡਾਰੀ ਮਾਰ ਗਈ ਗੱਲ ਤੇ ਪੱਕੀ ਆ ਲਵੀ ਪਰ ਖੇਤਰ ਨੇ ਪਾਸੇ ਗੋਲੂ ਜੁੜਿਆ ਹੋਇਆ ਬੜਾ ਪੱਲਾ ਜੀਤ ਗਿਆ ਜੀ ਸਾਡੀ ਗੁੱਜਰ ਜੀ ਦਿੱਲਾ ਤੋਂ ਪਰ ਜੀਤ ਗਿਆ ਬਈ ਕਹਿੰਦਾ ਰੂਹ ਰੋਂਦੀ ਹੋਣੀ ਰਾਜੇ ਰਣ ਜੀਤ ਦੀ ਲੰਡਨ ਚ ਪਿਆ ਸਾਡਾ ਤਾਜ ਦੇਖ ਕੇ ਤੇ ਧਨ ਸਾਨੀ ਪੈਣੀ ਜਿਹੜੀ ਸੋਨਾ ਜੰਮਦੀ ਹੈ ਬਈ ਸੋਚਿਆ ਮੈਂ ਬੈਰੀਆਂ ਦੀ ਆ ਬਾਗ ਦੇਖ ਕੇ ਤੇ ਟਰਾਂਟੋ ਦੀਆਂ ਸੜਕਾਂ ਤੇ ਰੋਇਆ ਗੱਭਰੂ ਬਈ ਸਿਰਾਂ ਤੋਂ ਉੱਡਦੇ ਜਹਾਜ਼ ਦੇਖ ਕੇ ਤੇ ਆਪਣੇ ਸਵੇਰੇ ਸਾਰੀ ਅੱਖ ਲੱਗਦੀ ਹੈ ਆ ਰੀਤਾਂ ਉੱਤੇ ਨੱਚਦਾ ਪੰਜਾਬ ਦੇਖ ਕੇ ਬਈ ਆਪਣੇ ਸਵੇਰੇ ਸਾਰੀ ਅੱਖ ਲੱਗਦੀ ਹੈ ਆ ਰੀਤਾਂ ਉੱਤੇ ਨੱਚਦਾ ਪੰਜਾਬ ਦੇਖ ਕੇ ਨਵੀਆਂ ਵੀ ਅੰਦੂ ਸੀ ਅਮਿਤ ਨੇ ਬਲੈਟਰ ਵਿਕੀ ਵਾਲ ਨਿਗਾਹ ਮਾਰਾ ਮਾਸਟਰ ਕਹਾਂ ਅਮਿਤ ਅਦਰੋਂ ਸਾਡੀ ਜ਼ਿੰਦਗੀ ਦਾ ਮਾਣ ਰਾਜੇ ਸੰਧੂ ਖੇੜੀ ਮਾਨ ਸਿੰਘ ਬੜਾ ਬਹੁਤ ਟੌਪ ਦਾ ਖਿਡਾਰੀ ਰਿਹਾ ਖੇਡ ਵਾਲੀਬਾਲ ਦਾ ਤੇ ਭਾਈ ਸਾਡਾ ਜੁੜਿਆ ਬੈਠਾ ਲਾਈਵ ਦੇ ਨਾਲ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹਾਂ ਲੈ ਵੀ ਪ੍ਰੀਤ ਸਿੰਘ ਕਰੀ ਨੰਬਰ ਦੱਸੀ ਸੋਹਣੇ ਵੀਰ ਕਿਹਨੇ ਕਿਹਨੇ ਹੋ ਗਏ ਟੋਪਰਾ ਜੀ ਨੰਬਰ ਬਤਾਨਾ ਬਾਈ ਮੇਰਾ ਫੋਨ ਦੇ ਦੇ ਸਮਰਾਟ ਸਮਰਾਟ ਆਪਣਾ ਸਾਜਨ
ਦੋ ਮਤ ਹੈ ਯਾ ਤੀਨ ਉਧਰ ਵੀ ਮੈਚ ਹੈ ਪਾਂਚ ਆ ਲੀਆਂ ਜੀ ਤਿੰਨੋਂ ਮੈਚ ਚੱਲ ਰਹੇ ਆਪਕੇ ਦੋ ਚੱਲ ਰਹੇ ਜੀ ਮੇਰੇ ਸਾਹਮਣੇ ਤੋਂ ਉਹ ਵੀ ਨਵਾਂ ਮੈਚ ਸ਼ੁਰੂ ਹੋਇਆ ਅੱਛਾ ਜੀ ਪਾਂਚ ਛੇ ਔਰ ਸਾਤ ਹੋ ਗਿਆ ਜੀ ਪਰ ਸਟਾਰਟ ਹੈ ਪਾਂਚ ਤਿੰਨ ਅੱਠ ਉਸਤਾਦ ਜੀ ਛਟਾ ਸਾਤਵਾਂ ਅੱਠ ਅੱਛਾ ਮੈਂ ਇਹਨਾਂ ਮੈਚ ਨੂੰ ਚੱਲਦਾ ਪਾ ਦੋ ਨਾ ਫਿਰ ਇਹ ਨਵਾਂ ਹੈ ਨਾ ਹਾਂ ਪਾਂਚ ਤੋਂ ਆ ਲੀਏ ਪੂਰੇ ਪੂਰੇ ਅੱਛਾ ਠੀਕ ਹਾਂ ਦੋ ਇਹ ਨਵੇਂ ਸ਼ੁਰੂ ਹੈ ਤੀਸਰਾ ਸ਼ੁਰੂ ਵੀਰੇ ਆਪਾਂ ਟਾਈਮ ਦੀ ਤਿਆਰੀ ਕਰੀਏ ਮੇਰਾ ਵੀਰ ਬਣ ਕੇ ਆਪਣੇ ਕੋਲ ਲਾਸਟ ਮੈਚ ਆ ਜਾ ਤੇ ਇਹਦੇ ਬਾਅਦ ਕਾਟਰ ਤੇ ਫਿਰ ਦੋ ਸਾਥੀ ਫਿਰ ਜਿਹੜੀ ਫਾਈਨਲ ਦੀ ਡਾਕ ਗੱਲ ਕਰੀ ਮੇਰਾ ਭਰਾ ਬਣ ਕੇ ਮੇਰੀ ਬੇਨਤੀ ਆ ਟੀਮਾਂ ਨੂੰ ਆਪ ਆਪ ਸਾਥੀ ਵੀਰਾਂ ਨੂੰ ਔਰ ਜਿਹੜੇ ਮੈਚਾਂ ਦੀ ਆਪਾਂ ਤਿਆਰੀ ਕਰੀਏ ਪਰ ਇੱਧਰ ਵੇਖਣ ਹੋ ਜਾਂਦਾ ਬੜਾ ਵਧੀਆ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਨੰਬਰ ਇੱਧਰ ਖੇਡ ਗਰਾਊਂਡ ਦੇ ਅੰਦਰ ਜਾ ਚੜਿਆ ਹੈ ਅਗਰ ਖਨੀਨਾ ਆ ਗਿਆ ਤਾਂ ਮੋੜ ਗਿਆ ਜੇ ਕੀ ਖਨੀਨਾ ਆ ਗਿਆ ਭਾਈ ਇਸ ਗਾਮ ਤੇ ਜੋ ਹੈ ਨਾ ਅਵਾਰਡ ਮਿਲਣਾ ਚਾਹੀਏ ਇਤਨੇ ਮੱਛਰ ਰੋਤੇ ਵੀ ਗਾਮ ਮੈਂ ਜੀਵਿਤ ਹੈ ਲੋ ਬਸ ਬਿਲਕੁਲ ਸਹੀ ਹੈ ਕਿਤਨੀ ਮਿਹਨਤ ਕਰ ਰਹੇ ਹੋਗੇ ਵਿਚਾਰੇ ਮੱਛਰ ਤੋਂ ਬਚਣਾ ਖਤਰਨਾਕ ਇਤਨਾ ਮੱਛਰ ਤੋਂ ਮੱਛਰ ਇਤਨਾ ਖਤਰਨਾਕ ਮੱਛਰ ਭਾਈ ਇਸ ਚੀਜ਼ ਨੂੰ ਸੋਚ ਹੈਲੋ ਹੈਲੋ ਭਾਈ ਜੀ ਕੁਆਟਰ ਮੈਚੋਂ ਕੀ ਟੀਮ ਡਾਲ ਰਹੇ ਨੇ ਹਰਿਆਣਾ ਯੂਪੀ ਸ਼ੂਟਿੰਗ ਵਾਲੀਬਾਲ ਲਾਈਵ ਹੈ ਜੀ ਅਗਰ ਚਾਹਤਾ ਤਾਂ ਦੇਖ ਸਕਦਾ ਬਹੁਤ ਲਗੇ ਹਰਿਆਣਾ ਯੂਪੀ ਸ਼ੂਟਿੰਗ ਵਾਲੀਬਾਲ ਲਾਈਵ ਹੈ ਟਾਈ ਡਾਲੀ ਜਾ ਰਹੀ ਹੈ ਜੀ ਕੁਆਟਰ ਮੈਚੋਂ ਕੀ ਹਾਂ ਮੇਰੀ ਬੇਨਤੀ ਹੈ ਮੇਰਾ ਵੀਰ ਔਰ ਜਿਹੜੇ ਵੀ ਭਰਾ ਮੈਚ ਦੇਖਣਾ ਚਾਹੁੰਦੇ ਆ ਔਰ ਜਿਹੜਾ ਦੋ ਟੂਰ ਗਰਾਊਂਡ ਤੇ ਅੱਗੇ ਸੰਪਰਕ ਕਰ ਸਕਦੇ ਆ ਸਾਡੇ ਵੀਰ ਟਾਈਆਂ ਪਾ ਰਹੇ ਆ ਨੈਸ਼ਨਲ ਗਰਾਊਂਡ ਦੀਆਂ ਔਰ ਤੁਸੀਂ ਹਿਸਾਬ ਨਾਲ ਵੀ 9 ਵਜੇ ਮੈਚ ਚੱਲੇ ਜੇ ਕਿਤੇ 7 ਵਜੇ ਮੈਚ ਚੱਲੇ ਹੁੰਦੇ ਤੇ ਤੁਹਾਨੂੰ ਮੇਰੇ ਮਿੱਤਰ ਜਿਹੜਾ ਸਹੀ ਮੈਚ ਚੱਲਦੇ ਹੋਣੇ ਸੀ ਨਹੀਂ ਕਿਤੇ ਆਪਣੇ ਕੋਲ ਹਲੇ ਕੁਆਟਰ ਵੀ ਰਹਿੰਦੇ ਆ ਇਹ ਬਹੁਤ ਵੱਡੀ ਚੀਜ਼ ਆ ਸਾਰੇ ਨੂੰ ਸਾਹਮਣੇ ਕਰੋ ਮੇਰੇ ਭਾਈ ਬਣ ਕੇ ਇਹ ਮੇਰੀ ਬੇਨਤੀ ਹੈ ਮੇਰੇ ਭਰਾਵਾਂ ਨੂੰ ਆਪ ਤਾਂ
ਹੈਲੋ ਬਾਈ ਕੁਆਟਰ ਦੀ ਟੀਮ ਨੇ ਬਤਾ ਦਿੱਤੇ ਆਪਾਂ ਇਹ ਕਰ ਯੂਪੀ ਸ਼ਾਸਤਰੀ ਜੀ ਹਸਮੀਰ ਜਹਾਨਪੁਰਾ ਜੀ ਦਿਲਸ਼ਾਨ ਜਖਲਾਣਾ ਜੀ ਅਜੀਤ ਚਿੱਤਰੋ ਜੀ ਟੋਪਰਾ ਏ ਜੀ ਤਿੰਨ ਆਪਣੇ ਪਾਸ ਚੱਲੇ ਹੋਏ ਹੈ ਇਨਮੇ ਸੇ ਤਿੰਨੋ ਕੀ ਵੀਨਰ ਰੱਖ ਕੇ ਆਪ ਲੋਕ ਟਾਈਆਂ ਡਾਲ ਰਹੇ ਨੇ ਸਭ ਨੇ ਵਿਸ਼ਵਾਸ ਹੈ ਬਾਈ ਆਪ ਲੋਕ ਪੰਡਤ ਜੀ ਆਪ ਤੋਂ ਵੈਸੇ ਵੀ ਪੰਡਤ ਜੀ ਪੂਰਾ ਹੋ ਗਿਆ ਅਜੀਤ ਤਾਂ ਪੁੱਛ ਲਓ ਥੋੜਾ ਅਜਿਮ ਠਾ ਲਾ ਬਾਈ ਪਰਚੀ ਠਾ ਅਜਿਮ ਅਜਿਮ ਪੇ ਡਾਓ ਜੀ ਦੋ ਪਰਚੀ ਆ ਜਾ ਬਾਈ ਆ ਜਾ ਬਾਈ ਯਾਰ ਪ੍ਰਦੀਪ ਦੇ ਦੇ ਨੇ ਬਾਈ ਪੰਚੋ ਜੋ ਕਲੀਅਰ ਆਗਵਿੰਗ ਨਾਮ ਡਾਲ ਲਿਆ ਜੀ ਵਿਨਰ ਕੇ ਹਿਸਾਬ ਤੇ ਗਰਾਊਂਡ 1 2 3 ਕਰ ਦਿਆ ਜੀ ਜੈਸਾ ਨਿਕੜੇਗਾ ਉਹਨੇ ਸੋ ਜੋ ਜਿੱਤੇਗਾ ਆਪੇ ਆਪ ਸਾਨੂੰ ਮੈਨੇਜ ਕਰੋ ਠੀਕ ਹੈ ਜੀ ਕੋਈ ਦਿੱਕਤ ਨਹੀਂ ਲੋ ਬਾਈ ਕੋਈ ਸਾਹਿਬ ਸਾਹਿਬ ਬਿਲਕੁਲ ਸਹੀ ਕਰੇ ਬਾਤ ਆਪ ਜੋ ਵੀ ਕਰੇ ਦੋ ਦੋ ਠਾ ਲਓ ਜੀ ਮੈਂ ਠਾ ਲਓ ਆਪਣੇ ਲਿਖੜ ਗਏ ਜੀ ਆਪ ਕਰ ਠਾ ਲਓ ਟੀਮ ਤੀਤਰੋ ਅੱਲਾ ਸੁ ਯੂਪੀ ਸਾਹਿਬ ਫਰੀ ਸਤਾ ਜੀ ਪਹਿਲਾ ਮੈਚ ਵਿਨਰ ਰਾਉਂਡ ਵਿਨਰ ਗਰਾਊਂਡ 3 ਜੀ 3 ਠਾ ਲਓ ਜੀ ਜਾਨ ਬੱਚੀ ਸੋ ਲੱਖੋ ਪਾਏ ਅਰੇ ਬੜੀਆ ਸੁਣੋ ਜੀ ਰੋਫਲ ਸਰਪੰਚ ਟੋਡਰਪੁਰ ਨਹੀਂ ਜੀ ਯੂਪੀ ਦਾ ਟੋਡਰਪੁਰ ਜੀ ਨਾ ਸੋਰੀ ਦਿਲਸਾ ਚੱਲਣਾ ਜੀ ਦਿਲਦਾਰ ਟੋਡਰਪੁਰ ਜੀ ਅੱਛਾ ਦਿਲਦਾਰ ਰਸਤਾ ਜਾ ਹੁੰਦਾ ਟੋਡਰਪੁਰ ਜੀ ਆਸ ਦੇਖੋ ਜਿਹੜਾ ਇੱਕ ਹੀ ਵਿਨਰ ਇੱਕ ਦੋ ਕੀ ਵਿਨਰ ਦੋ ਕੀ ਵਿਨਰ ਸਚਿਨ ਰਾਣਾ ਟੋਪਰਾ ਬਸ ਇੱਕ ਬਸ ਇੱਕ ਰੋਕੀ ਹੋ ਗਿਆ ਜੀ ਰੋਕੀ ਰੋਕੀ ਆ ਰਸਮੀ ਚਾਰ ਪੂਰਾ ਅਸਮੀ ਚਲੋ ਖੇਲੋ ਬਾਈ ਬਸ ਹੋ ਜਾਏਗਾ ਚਲੋ ਜੀ ਰੋਕੀ ਹਾਂ ਜੀ ਕਿਸ ਕਿਸ ਦਾ ਮੈਚ ਕਿਸੇ ਗੱਲ ਕਹੋ ਅਸਮੀ ਜਾਨ ਪੂਰਾ ਰੋਕੀ ਅਸਮੀ ਦਾ ਦੇਖ ਕਮ ਜੋਣ ਜਿੱਤੇਗੀ ਰੋਕੀ ਨਹੀਂ ਕਹੋ ਜੀ ਵੀ ਰੋਕੀ ਨਹੀਂ ਕਹੋ ਅਸਮੀ ਜਾਨ ਪੂਰਾ ਰੇ ਇੱਕ ਇੱਕ ਵਿਨਰ ਤੇ ਮੈਂ ਆਪਕੋ ਬੋਲ ਰਹਾ ਹਾਂ ਪ੍ਰਣਾਮ ਕਰ ਦੋ ਸਾਹਿਬ ਜੀ ਨਾਲ ਹਿਸਾਬ ਲਿਖੂਗਾ ਮੈਂ ਇਧਰੋਂ ਆਪਣਾ ਦੀਪਕ ਕਾਂਡਾ ਪ੍ਰਧਾਨ ਜੀ ਗਰਾਊਂਡ ਨੰਬਰ 3 ਕੀ ਜੋ ਜਿੱਤੇਗੀ ਉਹ ਖੇਲੇਗੀ ਤੀਤਰੋ ਸੀਧ ਮੰਗ ਹੀ ਰਹੇ ਜੀ ਠੀਕ ਹੈ ਜੀ ਹਾਂ ਬਿਹਤਰੀਨ ਹਾਂ ਔਰ ਸ਼ਾਸਤਰੀ ਜੀ ਦਾ ਮੈਚ ਹੈ ਜਟਾਲ ਜੀ ਦੇ ਨਾਲ ਤੀਸਰਾ ਮੈਚ ਹੈ ਟੋਪਰਾ ਔਰ ਜੋ ਗਰਾਊਂਡ ਨੰਬਰ 2 ਸੀ ਜਿੱਤੇਗੀ ਜੀ ਇਹਨੇ ਮਹੀਨੇ ਵੀ ਰਹਿਣ ਦੀ ਹੈ ਠੀਕ ਹੈ ਜੀ ਔਰ ਲਾਸਟ ਮੈਚ ਹੈ ਰੋਕੀ ਜਰਮਪੁਰ ਅਗਰ ਦੋ ਇਨਿੰਗ ਵਿੱਚ ਜਿੱਤ ਗਿਆ ਉਸ ਦਾ ਅਸਲੀ ਠੀਕ ਹੈ ਜੀ ਇਹਨੇ ਵੀ ਇਹ ਆਪਣਾ ਸ਼ਾਸਤਰੀ ਜੀ ਦਾ ਮੈਚ ਲਾਸਟ ਇਹ ਕੁਆਟਰ ਵੀ ਸੈਮੀ ਗਿਆ ਸੈਮੀ ਨਾਲ ਵੈਸੇ ਵੀ ਬੜੇ ਬੜੇ ਸਿਖਾਰ ਕਰ ਰਿਹਾ ਜੋ ਵੀ ਟੀਮ ਨੇ ਮੈਚ ਕਰਵਾ ਦੇਗੀ ਜੀ ਸ਼ਾਸਤਰੀ ਜੀ ਦਾ ਮੈਚ ਲਾਸਟ ਜੋ ਵੀ ਟੀਮ ਮੈਚ ਇਹਨਾਂ ਗਰਾਊਂਡ ਵਿੱਚ ਜਿੱਤੇਗੀ ਉਹ ਤਿੰਨੋਂ ਟੀਮਾਂ ਗਰਾਊਂਡ ਵਿੱਚ ਜਿੱਤੇਗਾ ਤਾਂ ਮੈਂ ਲਾਸਟ ਮੈਚ ਕਰਵਾ ਜੋ ਵੀ ਮਾਰਾ ਪਹਿਲਾ ਕਰਵਾ ਗੁਰੂ ਜੀ ਉਹ ਖੇਲ ਲਿਆ ਖੇਲਾਂ ਗਰਾਊਂਡ ਵਿੱਚ ਖੇਲਣੇ ਇਹ ਵੀ ਖੇਲ ਲੇਵੇ ਅੰਬੀ ਖੇਲ ਲੇਵੇ ਹੈਨਾ ਇੱਕ ਫ੍ਰੀ ਹੈ ਜਿੰਨੇ ਤਿੰਨੋਂ ਹੀ ਗਰਾਊਂਡ ਚਲੇਗੇ ਜੀ ਨੋ ਡਾਊਟ ਸੈਮੀ ਫਾਈਨਲ ਮੈਂ ਦੋ ਗਰਾਊਂਡ ਚਲੇਗੇ ਜੀ ਠੀਕ ਹੈ ਜੀ ਰਾਜਾ ਸਿੰਘ ਬਲਵੰਤ ਜੀ ਚਾਰ ਵਾਲੇ ਕੀ ਟੀਮ ਹੈ ਕੋਈ ਨਾ ਉਹ ਠੀਕ ਹੈ ਮੈਂ ਕਹਿੰਦਾ ਸਭ ਕੁਝ ਠੀਕ ਹੈ
क्या बोल रही बोलने लायक है नहीं पंडित जी आप स्तुति आप कर दो कोई भी आप लोगों ने ज्ञान ज्यादा है वैसे आप खेल के कलाकार हो हिंदू धर्म मैं मैंने कहूँ पंडित जी का बहुत बड़ा स्थान है और आप उसी के बारे में कह दो चार शब्द और क्या हम तो पहले थी सुनते आए हजारों साल हो गए सुन रहे आज भी सुन लेंगे जी हमारे वहां तो बड़ा भी सराहना छोड़ता है हां जी छोटा सा क्या स्कोर हो गया जी हां जी स्कोर भाई कंबिनेशन देखो ड्रास्ट सेम हां तीन अलग पैर रहे सेंटर के लिए भाई पीछे वाला रख गया सही है कितना बड़ा ड्रास्ट कोड की दिया ये मौज है बोलना चाहोगे कुछ दिल्लू राजा तो हेलीमेट मुझे बुला तो शब्द आज बोलने का मौका एक नंबर ग्राउंड पर बोल दो जठराने का वहाँ हमारा है ना है बोल दो आप अच्छी तरह से बोल पाओगे हेलो हेलो भाई इस मैच के तुरंत बाद ग्राउंड नंबर एक पे जसराणा वर्सेस यूपी शास्त्री ये टीमें तैयार हो जी जसराणा यूपी शास्त्री ग्राउंड नंबर भाई जी एक नंबर ग्राउंड का नंबर साझे कर दो मेरा भरा दस अठ एक दस ओके मेरा भरा बैठ जाओ ना जी जठलाना
ਤੇ ਨਾਲ ਯੂਪੀ ਸੱਸੀ ਵਾਲੇ ਬੰਦੇ ਜਿਹੜੇ ਉਹ ਆ ਜਾਣ, ਮੇਰੀ ਬੇਨਤੀ ਹੈ। ਨੰਬਰ ਇੱਧਰ ਦੇਰ ਮੈਂ ਜੋੜ ਦਿੰਦਾ, ਦੋ ਕੁ ਪੁਆਇੰਟਾਂ ਦੀ ਖੇਡ ਜਿਹੜੀ ਉਹ ਗਰਾਊਂਡ ਦੇ ਅੰਦਰ ਬਾਕੀ ਹੈ ਮੇਰੇ ਮਿੱਤਰੋ। ਬਹੁਤ ਬਹੁਤ ਧੰਨਵਾਦ ਬੰਦੇ ਕਰਦਾ ਵੀ ਮੂਰਖਾਂ ਦਾ ਕੰਮ ਆ, ਗੱਲ ਕਿਸੇ ਦੀ ਨਾ ਮੰਨਣਾ। ਸਿਆਣੇ ਬੰਦੇ ਪਹਿਲਾਂ ਗੱਲ ਸੋਚਦੇ ਵਿਚਾਰਦੇ, ਮੂਰਖਾਂ ਦਾ ਕੰਮ ਗੱਲ ਗੱਲ ਉੱਤੇ ਹੱਸਣਾ। ਮਰਦ ਗੁਲਾਮ ਕਦੇ ਬਣਦੇ ਨਾ ਨਾਰਦੇ, ਹੱਥੀ ਲਾਈ ਅੱਗ ਬੁੱਝਦੀ ਨਾ ਸੁੱਕੀ ਲੱਭੋ, ਤੇ ਬਣ ਕੇ ਭਾਪੜ ਪੈ ਦੀ ਮੱਝ ਲੱਭੋ ਵਾਲਿਆ, ਫੇਰ ਤੇਰਾ ਗੁੱਜੀ ਰਹਿੰਦੀ। ਆਹ ਬੋਲਦੀ ਗਰਾਊਂਡਾਂ ਵਿੱਚ ਤੇ ਕਦੇ ਨਾ ਲੁਕਾਇਆ ਲੁਕੇ ਸੱਚ ਲੁਕੋ ਵਾਲਿਆ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਮੇਰੀ ਬੇਨਤੀ ਹੈ ਮੇਰਾ ਵੀਰ, ਔਰ ਜਿਹੜੀਆਂ ਟੀਮਾਂ ਦੇ ਮੈਚ ਖੋਲੇ ਗਏ ਆ ਤੇ ਉਹ ਟੀਮਾਂ ਜਿਹੜੀਆਂ ਜਲਦੀ ਤੋਂ ਪਹਿਲਾਂ ਖੇਡ ਗਰਾਊਂਡ ਦੇ ਲਾਗੇ ਆਉਣਗੀਆਂ। ਆਓ ਮੇਰਾ ਵੀਰ ਬਣ ਕੇ, ਦੋਨੋਂ ਟੀਮਾਂ ਨੂੰ ਮੇਰੀ ਬੇਨਤੀ ਹੈ ਆਓ ਮੇਰਾ ਭਰਾ ਬਣ ਕੇ। ਤਸਵੀਰ ਜਹਾਨਪੁਰ ਕੇ ਸਾਥ ਯਹੀ ਮੈਚ ਹੋਗਾ ਪਹਿਲੇ। ਹਾਂਜੀ ਤਸਵੀਰ ਜਹਾਨਪੁਰ ਆਓ ਜੀ। ਦਿਮਾਗ ਜ਼ੋਰ ਪਾਵਾ ਦੀਪਕ ਨਾ ਵੇ ਜਰੂਰ ਬਾਬੂ ਜੱਪੀ ਨਾ ਬੈਠੀ ਸਵਾਲ ਕਰੇ ਤੇ ਦੀਪਕ ਇੱਕ ਵਾਰੀ ਦੁਬਾਰਾ ਨਾ ਜੰਡ ਕਹੀਂ ਨੇ ਤੋਂ ਵੀ ਕੇ ਲਗਾ ਤਾਂ ਹੈਲੋ ਭਾਈ ਭਾਈ ਆਓ ਦੋਨੋਂ ਟੀਮਾਂ ਮੇਰਾ ਵੀਰ ਕਿਹੜੀ ਕਿਹੜੀ ਨਾ ਮੈਚ ਹੈ ਜੈਰਾਮਪੁਰ ਦੇ ਨਾਲ। ਅਸ਼ਨੀਰ ਜਹਾਨਪੁਰਾ ਜੀ ਦੋ ਚੱਲ ਪੜੇ ਚੱਲ ਪੜਾ ਦੋ ਸਾਹਮਣੇ ਆਪਾਂ ਜਹਾਨਪੁਰ ਬੋਲ ਦੇ ਜੀ ਛੋਟੇ ਛੋਟੇ ਮਿਲ ਲੋ ਅਸ਼ਨੀਰ ਦੇ ਸਾਥ ਆਪਣਾ ਅਸ਼ਨੀਰ ਜਹਾਨਪੁਰ ਠੀਕ ਹਾਲ ਹੈ।
ਹੈਲੋ ਭਾਈ ਚਲੋ ਯਾਰ ਅਸਮੀਰ ਜਹਾਨਪੁਰਾ ਰੋਕੀ ਜਹਾਨਪੁਰ ਇੱਕ ਵਾਰੀ ਪ੍ਰਦੀਪ ਨੇ ਬੁਲਾਈ ਭਾਈ ਜੀ ਪ੍ਰਦੀਪ ਤੋਂ ਜੀ ਮਾਸਟਰ ਹਰਿਆਣਾ ਯੂਪੀ ਸੁਰਤੀ ਵਾਲਾ ਲਾਈਨ ਦੇ ਪਾਸ ਆ ਜੀ ਪਤਾ ਕਿਆ ਕੀ ਚੱਲ ਜਾਂਗੇ ਕੁਆਟਰ ਨਾ ਜੀ ਵਾਰਟ ਤੱਕ ਨਾਮ ਸ਼ੁਰੂ ਹੋ ਗਿਆ ਜੋਨ ਦੀ ਟੀਮ ਆ ਰਹੀ ਹੈ ਨਾ ਪੜਾਈ ਬੜਿਆ ਬਈ ਸੁਣ ਸੜਾਲ ਭਰਾ ਸਾਡੇ ਦਾ ਜਿਹੜਾ ਮਾਣ ਸਨਮਾਨ ਕੀਤਾ ਜਾ ਰਿਹਾ ਹੈ ਸਮੁੱਚੀ ਪ੍ਰਬੰਧਕੀ ਕਮੇਟੀ ਵੱਲੋਂ ਲੱਗ ਗਈ ਹੈ ਬਹੁਤ ਵੱਡੀ ਮੁਬਾਰਕਬਾਦ ਦਿੰਦੇ ਤੇ ਭਰਾ ਔਰ ਤੂੰ ਵੀ ਦੁਨੀਆਂ ਦਾ ਸਟਾਰ ਹੈ ਔਰ ਦਿਲੋਂ ਧੰਨਵਾਦ ਤੇਰਾ ਵੀ ਅੱਜ ਦੇ ਇਸ ਵੱਡੇ ਕੱਪ ਤੇ ਖੇਡਿਆ ਭਰਾ ਸਾਡਾ ਬਹੁਤ ਬਹੁਤ ਮੁਬਾਰਕਾਂ ਸਾਡੇ ਵੀਰਾਂ ਨੂੰ ਜਿਹੜੀਆਂ ਸਾਰੀਆਂ ਟੀਮਾਂ ਦਾ ਔਰ ਕਿਸਕਾ ਮੈਂ ਜਨਰਲਾ ਦੋ ਨੰਬਰ ਗਰਾਊਂਡ ਤੇ ਆ ਗਈ ਇਹ ਟੀਮ ਹੈ ਦੋ ਨੰਬਰ ਗਰਾਊਂਡ ਤੇ ਆ ਗਈ ਇਹ ਟੀਮ ਹੈ ਯੂਪੀ ਸ਼ਾਸਤਰੀ ਔਰ ਤੀਸਰਾ ਜਨਰਲਾ ਰਾਮ ਰਾਮ ਜੀ ਅਨਸੁਲ ਕੁਮਾਰ ਜੀ ਛੋਟੂ ਭਾਈ ਛੋਟੂ ਦਾ ਮੈਚ ਹੋਏਗਾ ਜੀ ਅਭੀ ਛੋਟੂ ਕਾ ਮੈਚ ਹੈ ਜੀ ਸਚਿਨ ਰਾਣਾ ਸਹਾਰਨਪੁਰ ਕੇ ਹੋ ਗਿਆ ਅਗਲਾ ਮੈਚ ਖੜੇ ਰਹੋ ਅਜੀਮ ਕੇ ਸਾਥ ਹੈ ਕੁਆਟਰ ਫਾਈਨਲ ਜੋ ਲਿਓ ਜੀ ਚੱਲਦੀ ਹਾਂ ਕਰ ਦਿਆ ਬਸ ਹੈਲੋ ਅਜੀਤ ਕੀਤਰੋਂ ਕੀ ਮਾਜੋ 3 ਨੰਬਰ ਗਰਾਊਂਡ ਮੇ ਅਜੀਤ ਕੀਤਰੋਂ ਕੀ ਮਾਜੋ 3 ਨੰਬਰ ਗਰਾਊਂਡ ਮੇ ਦੂਸਰੀ ਟੀਮ ਖੜੀ ਹੈ ਕਨਾਲ ਦੀ ਟੀਮ